ਮੰਗ ਪੱਤਰ ਆ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਆਗੂ ਆ ਉਹ ਯੁੱਧਵੀਰ ਸਿੰਘ ਨੂੰ ਏਅਰਪੋਰਟ ਤੋਂ ਰੋਕਿਆ ਗਿਆ, ਉਹਨੂੰ ਉੱਥੇ ਨਜ਼ਰਬੰਦ ਕੀਤਾ ਗਿਆ ਕਿ ਕਿਉਂਕਿ ਉਹ ਦਿੱਲੀ ਸੰਘਰਸ਼ ਦੇ ਵਿੱਚ ਉਹਨੇ ਕੰਮ ਕੀਤਾ ਸੀ। ਇਸ ਕਰਕੇ ਇਹ ਯੁੱਧਵੀਰ ਸਿੰਘ ਹੀ ਨਹੀਂ, ਬਹੁਤ ਸਾਰੇ ਹੋਰ ਕਿਸਾਨ ਆ ਜਿਹਨਾਂ ਨੂੰ ਸਰਕਾਰ, ਕੇਂਦਰ ਸਰਕਾਰ ਪਰੇਸ਼ਾਨ ਕਰਦੀ ਹੈ ਕੁਛ ਉਸ ਮੰਗਾਂ ਨੂੰ ਲੈ ਕੇ ਕਿ ਉਹ ਕਿਸਾਨ ਸੰਘਰਸ਼ ਜਿਹੜਾ ਮੋਦੀ ਸਰਕਾਰ ਹਰੀ ਵੀ ਆ ਔਰ ਉਹ ਜਿਹੜੇ ਵਾਪਸ ਵੀ ਕੀਤੇ ਆ ਬਿੱਲ, ਉਸ ਦੇ ਬਾਵਜੂਦ ਵੀ ਜਿਹਨਾਂ ਨੇ ਸੰਘਰਸ਼ ਵਿੱਚ ਹਿੱਸਾ ਲਿਆ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਔਰ ਦੂਸਰੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਸੀਗੀਆਂ ਔਰ ਦਿੱਲੀ ਸੰਘਰਸ਼ ਵਿੱਚ ਹੋਰ ਕਿਸਾਨਾਂ ਦੇ ਉੱਤੇ ਉੱਤਰਾਖੰਡ, ਹਰਿਆਣਾ, ਪੰਜਾਬ ਸਮੇਤ ਯੂਪੀ ਦੇ ਜਿੰਨੇ ਕਿਸਾਨਾਂ 'ਤੇ ਕੇਸ ਦਰਜ ਕੀਤੇ ਸੀਗੇ ਅਜੇ ਤੱਕ ਉਹ ਕੇਸ ਵਾਪਸ ਨਹੀਂ ਕੀਤੇ ਗਏ, ਬੇਸ਼ੱਕ ਉਹ ਸੰਘਰਸ਼ ਜਿਹੜਾ ਵਾਪਸ ਵੀ ਲਿਆ ਗਿਆ। ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਲੋਕਲ ਮੰਗਾਂ ਜਿਹੜੀਆਂ ਉਹਦੇ ਵਿੱਚ ਰੱਖੀਆਂ ਗਈਆਂ, ਜਿਹੜੇ MSP ਵਗੈਰਾ ਜਿਹੜੇ ਵਾਅਦੇ ਕੀਤੇ ਸੀ ਉਹ ਅਜੇ ਤੱਕ ਪੂਰੇ ਨਹੀਂ ਕੀਤੇ। ਵਾਰ ਵਾਰ ਮੰਗ ਪੱਤਰ ਦੇ ਕੇ ਇਹ ਸਰਕਾਰ ਨੂੰ ਜਿਹੜੀ ਹੈ ਸਾਡੀ ਚੇਤਾਵਨੀ ਆ ਕਿ ਕੱਲ੍ਹ ਨੂੰ ਜੇ ਸੰਯੁਕਤ ਮੋਰਚਾ ਚੰਡੀਗੜ੍ਹ ਦੀਆਂ ਬਰੂਹਾਂ 'ਤੇ ਬਹਿੰਦਾ, ਦਿੱਲੀ ਦੀਆਂ ਬਰੂਹਾਂ 'ਤੇ ਬਹਿੰਦਾ, ਤਾਂ ਸੰਯੁਕਤ ਮੋਰਚਾ ਇਹਦੇ ਵਿੱਚ ਕਸੂਰਵਾਰ ਨਹੀਂ ਹੋਊਗਾ। ਸਰਕਾਰ ਨੂੰ ਵਾਰ ਵਾਰ ਇਹ ਚੇਤਾਵਨੀ ਦਿੱਤੀ ਜਾ ਰਹੀ ਹੈ ਮੰਗ ਪੱਤਰ ਰਾਹੀਂ ਸੀ।